ਇਹ 5500 ਕਰੋੜ ਦੇ ਹੋਰ ਕਰਜ਼ੇ ਲੈਨੇ ਆ ਤੁਸੀਂ ਕਿ ਅਸੀਂ ਇੱਥੇ ਨਵਾਂ ਵਿਕਾਸ ਹੈ ਵਿਕਾਸ ਨਹੀਂ ਤੇ ਪੰਜਾਬ ਨੂੰ ਕਰਜ਼ਾਈ ਕਰਕੇ ਹੋਰ ਤਬਾਈ ਵੱਲ ਲੈ ਕੇ ਜਾਓ ਲੋਕੀ ਬੜੇ ਕਨਫਿਊਜ਼ ਆ ਕਿ ਪਹਿਲਾਂ ਸ਼ੁਰੂਆਤ ਕਿਤੇ ਕੀਤੀ ਸੀ ਹੁਣ ਕੱਟਦੇ 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 ਇਸ ਗੱਲ ਤੇ ਆ ਗਏ ਕੱਲ ਨੂੰ ਇਹ ਨਾ ਕਹਿ ਦੇਣ ਕਿ ਸਾਡੇ ਕੋਲ ਤਾਂ ਬਿਜਲੀ ਹੈ ਨਹੀਂ ਕਿ ਬਿਜਲੀ ਬੜੀ ਮਹਿੰਗੀ ਆ ਇਸ ਸਾਲ ਤੁਸੀਂ ਰਹਿਣ ਦਿਓ ਕੈਪਟਨ ਕਰਜ਼ਿਆਂ ਦੇ ਹੀ ਸੀ ਕਿ ਪੂਰੇ ਕਰਜ਼ੇ ਦੇ ਲਕੀਰ ਮਾਰਾਂਗੇ ਆ ਕਰਾਂਗੇ ਉਹ ਕਰਾਂਗੇ ਤਲਕੀਰ ਕਿਹੜੀ ਵੱਜਣੀ ਸੀਗੀ ਅਖੀਰ ਤੇ ਲੋਕਾਂ ਦੇ ਹੈ ਤਲਕੀਰ ਲੋਕਾਂ ਦੇ ਵੱਜੀ ਰੰਗਲਾ ਪੰਜਾਬ ਇਤਰਾ ਗੱਲਾਂ ਨਾਲ ਥੋੜੀ ਬੰਡੂ ਇਹ ਕੋਈ ਕਾਮੇਡੀ ਥੋੜੀ ਹੈ ਇਹ ਤੇ ਅਸਲੀਅਤ ਹੈ ਕੋਈ ਇੱਕ ਦੇ ਕਿੱਤੇ ਪਾਉਣ ਵਾਲੇ ਜਾਂ ਭੰਗੜੇ ਪਾਉਣ ਵਾਲੇ ਤੇ ਮ제 ਤੇ ਨਹੀਂ ਹੈ ਇਸ ਸਟੇਜ ਤੇ ਵੀ ਰੰਗਲਾ ਪੰਜਾਬ ਗਾਣੇ ਗਾ ਕੇ ਦੂਜੀ ਰੰਗਲਾ ਬਣਦੀ ਉਹ ਲਵੈਂਸਕੀ ਬਣਿਆ ਹੋਇਆ ਆ ਉਹ ਵੀ ਇਹੋ ਜਿਹਾ ਕਾਮੇਡੀਅਨ ਸੀਗਾ ਉਹਨੇ ਰੋਜ਼ ਕੋਠੇ ਜੜਕੇ ਦਵਾਈ ਦਿੰਦਾ ਓਏ ਮੈਨੂੰ ਆ ਗਏ ਰੂਸੀ ਆ ਗਏ ਮੈਨੂੰ ਬਚਾ ਲਓ ਮੇਰੀ ਕੈਪੀਟਲ ਦੇ ਵੀ ਜਾ ਬਲਕ ਕਈ ਦੇ ਹੀ ਵੀ ਜਾਂਦੇ ਉਹਦੀ ਅਪੀਲ ਦੇ ਉੱਤੇ ਪਰ ਲੋਕਾਂ ਨੇ ਬਚਾਉਣਾ ਕਿਤੇ ਲੋਕਾਂ ਨੂੰ ਤੁਹਾਨੂੰ ਆਪਣੇ ਆਪ ਨੂੰ ਆਪ ਹੀ ਬਚਾਉਣਾ ਪੈਣਾ ਉਹ ਕਮੇਟੀ ਤੇ ਹੈ ਨਹੀਂਗੀ ਜੋ ਇਹ ਪਹਿਲਾਂ ਕਰਦਾ ਸੀਗਾ ਉਹੋ ਹੀ ਹਾਲਤ ਇੱਥੇ ਭਗਵੰਤ ਮਾਨ ਦਾ ਹੈਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਗਲੋਬਲ ਪੰਜਾਬ ਟੀਵੀ ਦੇ ਨਾਲ ਮੈਂ ਹਾਂ ਜਗਜੀਤ ਸਿੰਘ ਪੰਜੋਲੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈਗੀ ਆ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਉਹ ਬਿਜਲੀ ਦੇ ਮੁੱਦੇ ਦੇ ਉੱਤੇ ਆਪਣੇ ਬਿਆਨ ਜਿਹੜੀ ਆ ਬਦਲ ਰਹੀ ਹੈ ਸਟੈਂਡ ਜਿਹੜਾ ਬਦਲ ਰਹੀ ਹੈ ਸੋ ਅੱਜ ਕਿਸਾਨਾਂ ਵੱਲੋਂ ਸ joint ਸਮਾਜ ਮੋਰਚੇ ਵੱਲੋਂ ਇਸ ਬਾਬਤ ਇੱਕ ਮੀਟਿੰਗ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਦੇ ਵਿੱਚ ਉਹਨਾਂ ਨੇ ਇਹ ਗੱਲਾਂ ਦਾ ਖੰਡਨ ਕੀਤਾ ਤੇ ਉਹਨਾਂ ਨੇ ਬੈਂਕ ਤੋਂ ਜਿਹੜਾ ਲੋਨ ਲਿਆ ਤਮਾਮ ਮੁੱਦੇ ਉਹਨਾਂ ਨੇ ਅੱਜ ਮੀਟਿੰਗ ਦੇ ਵਿੱਚ ਬਹੁਤ ਮੁੱਦਿਆਂ ਨੂੰ ਛੇੜਿਆ ਹੈਗਾ ਸੋ ਉਹ ਮੁੱਦੇ ਕਿਹੜੇ ਕਿਹੜੇ ਉਹਨਾਂ ਨੇ ਛੇੜੇ ਨੇ ਇਸ ਬਾਬਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੰਯੁਕਤ ਸਮਾਜ ਮੋਰਚੇ ਦੇ ਜੋ ਕੋਰ ਕਮੇਟੀ ਦੇ ਮੈਂਬਰ ਨੇ ਤੇ ਮੁੱਖ ਬੁਲਾ ਰਹੇ ਨੇ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਨੇ ਮਨਜੀਤ ਸਿੰਘ ਜੀ ਤੁਹਾਡਾ ਗਲੋਬਲ ਪੰਜਾਬ ਟੀਵੀ ਤੇ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈਗੀ ਹੈ ਕਿਹੜੇ ਕਿਹੜੇ ਮੁੱਦੇ ਉਹਦੇ ਵਿੱਚ ਮੁੱਖ ਰਹੇ ਨੇ ਨਹੀਂ ਦੇਖੋ ਕੁਝ ਤੇ ਕਿਸਾਨੀ ਨਾਲ ਰਿਲੇਟਡ ਮੁੱਦੇ ਆ ਕੁਝ ਬਿਜਲੀ ਦਾ ਕੁਝ ਜਿਹੜੇ ਹੋਰ ਕਰਜ਼ੇ ਲਏ ਜਾ ਰਹੇ ਆ ਪੰਜਾਬ ਨੂੰ ਜਿਹੜਾ ਪਹਿਲਾਂ ਹੀ ਕਰਜ਼ਿਆਂ ਥੱਲੇ ਦੱਬਿਆ ਹੋਇਆ ਤੇ ਜੇ 5500 ਕਰੋੜ ਦੇ ਹੋਰ ਕਰਜ਼ੇ ਲੈਨੇ ਆ ਤੁਸੀਂ ਕਿ ਅਸੀਂ ਇੱਥੇ ਨਵਾਂ ਵਿਕਾਸ ਹੈ ਵਿਕਾਸ ਨਹੀਂ ਹੈ ਤੇ ਪੰਜਾਬ ਨੂੰ ਕਰਜ਼ਾਈ ਕਰਕੇ ਹੋਰ ਤਬਾਈ ਵੱਲ ਲੈ ਕੇ ਜਾਊਗਾ ਕਿਸਾਨੀ ਦੇ ਮੁੱਖ ਤੌਰ ਤੇ ਮਾਮਲੇ ਜਿਹੜੇ ਆ ਇੱਕ ਤੇ ਮੁਆਵਜ਼ਾ ਮੰਗ ਰਹੇ ਆ ਉਹਦੇ ਬਾਰੇ ਗੱਲ ਨਹੀਂ ਹੋ ਰਹੀ ਐ ਐਮਐਸਪੀ ਜਿਹੜੀ ਆ ਸਬਜ਼ੀਆਂ ਲਈ ਜਿਹੜੀਆਂ ਪੈਰਿਸ਼ੇਬਲ ਕਮੋਡਿਟੀਜ਼ ਹੁੰਦੀਆਂ ਸਬਜ਼ੀਆਂ ਫਲਾਂ ਲਈ ਇਹਨਾਂ ਲਈ ਉਹ ਕਹਿੰਦੇ ਆ ਕਿ ਸਰਕਾਰ ਉਸ ਗੱਲ ਦੀ ਤਹਿਸੁਦਾ ਦੇਵੇ ਮਦਦ ਕਰੇ ਤੀਸਰਾ ਇਹ ਵੀ ਕਿਸਾਨੀ ਚਾਹੁੰਦੀ ਆ ਕਿ ਹੁਣ ਅਹ ਦੁਨੀਆ ਦੀ ਮਾਰਕੀਟ ਦੇ ਵਿੱਚ ਕਣਕ ਦਾ ਕਾਫੀ ਕਿਉਂਕਿ ਯੂਕਰੇਨ ਦੀ ਲੜਾਈ ਲੱਗੀ ਆ ਮਾਸਕੋ ਦਾ ਵੀ ਉਧਰ ਪੰਗਾ ਪਿਆ ਹੋਇਆ ਤੇ ਕਣਕ ਦੀ ਲੋੜ ਮੰਗ ਪੈਣੀ ਪੈਣੀ ਆ ਖਾਸ ਕਰਕੇ ਇਜੀਪਟ ਇਧਰ ਇੰਨਾ ਸਾਰੇ ਸੈਂਟਰਲ ਏਸ਼ੀਆ ਦੇ ਵਿੱਚ ਵੀ ਲੋੜ ਪੈ ਸਕਦੀ ਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਅਸੀਂ ਵੀ ਇਹ ਮੰਗ ਕਰ ਰਹੇ ਹਾਂ ਕਿ ਬਾਗਾ ਬਾਰਡਰ ਕਿਉਂ ਨਹੀਂ ਖੋਲਵਾਇਆ ਜਾਂਦਾ ਕਿਉਂ ਨਹੀਂ ਦਬਾਅ ਪੈ ਜਾਂਦਾ ਸੈਂਟਰ ਗਵਰਨਮੈਂਟ ਤੇ ਇਹ ਨਵੀਂ ਗੱਲ ਤੇ ਹੈ ਨਹੀਂ ਪਹਿਲਾਂ ਵੀ ਬਾਗਾ ਬਾਰਡਰ ਖੁੱਲ੍ਹਾ ਹੀ ਸੀਗਾ ਹੁਣ ਜਦੋਂ ਪੰਜਾਬ ਨੂੰ ਹਰਿਆਣਾ ਨੂੰ ਇੰਨਾ ਗੱਲਾਂ ਦਾ ਫਾਇਦਾ ਪਛਮੀ ਯੂਪੀ ਨੂੰ ਵੀ ਫਾਇਦਾ ਜਿੱਦੋਂ ਜਿੱਦੋਂ ਕਾਣਕ ਜਿਹੜੀ ਹੈ ਦੇਣੀ ਹੈਗੀ ਤਾਂ ਇਹ ਜ਼ਰੂਰੀ ਹੈਗਾ ਕਿ ਇਸ ਗੱਲ ਤੇ ਪੰਜਾਬ ਗਵਰਨਮੈਂਟ ਮਾਨ ਦੀ ਸਰਕਾਰ ਜਿਹੜੀ ਆ ਉਹ ਵਾਗਾ ਬਾਰਡਰ ਨੂੰ ਖਲਾਵੇ ਅ ਬਾਕੀ ਜਿਹੜੇ ਕਿਸਾਨੀ ਦੇ ਨਾਲ ਇਹ ਬਿਜਲੀ ਦਾ ਮੁੱਦਾ ਜਿਹੜਾ ਇਸ ਵੇਲੇ 300 ਯੂਨਿਟ ਦਾ ਫਿਰ 202 ਮਹੀਨੇ ਲਈ 600 ਯੂਨਿਟ ਦੀ ਰਾਹਤ ਵਾਲੀ ਗੱਲ ਸੀ ਉਹਦੇ ਤੇ ਕਈ ਸਟੈਂਡ ਬਦਲੇ ਇਹਨਾਂ ਦੇ ਗਾਰੰਟੀ ਐ ਸੀ ਵੀ ਅਸੀਂ ਸਾਰਿਆਂ ਨੂੰ ਦੇਾਂਗੇ ਫੇਰ ਕੱਢ ਦਿੱਤਾ ਕਿ ਜਿਹੜੀ ਜਨਰਲ categories ਦੇ ਆਪੀ ਉਹਨਾਂ ਨੂੰ ਤੇ ਸਾਰਿਆਂ ਨੂੰ ਦੇਣਾ ਪਊਗਾ 600 ਯੂਨਿਟ ਦੇ ਕੇ ਜੇ ਇੱਕ ਵੀ ਯੂਨਿਟ ਵੱਧ ਗਿਆ ਤੇ ਫੇਰ ਤੇ ਉਹਨਾਂ ਨੂੰ ਸਾਰੀ ਬਿਜਲੀ ਜਿਹੜੀ ਕਰਨੀ ਪਊਗੀ ਫੇਰ ਉਹਨਾਂ ਨੇ ਕਹਤਾ ਕਿ ਜਿਨ੍ਹਾਂ ਦੀ ਇਨਕਮ ਟੈਕਸ ਜਿਹੜੇ ਰਿਟਰਨ ਨਹੀਂ ਆ ਉਹਨਾਂ ਨੂੰ ਅਸੀਂ ਕੋਈ ਉਹੋ ਜੀ ਰਾਹਤ ਨਹੀਂ ਦੇਣੀ ਫੇਰ ਉਹਨਾਂ ਨੇ ਕਹਿਤਾ ਕਿ ਜਿਹੜੇ SC BC ਹੋਰ ਵੀ ਹੈ ਇਹ 1 ਕਿਲੋਵਾਟ ਦਾ ਜਿਹੜਾ ਮੀਟਰ ਜਿੰਨਾ ਦਾ ਹੈਗਾ ਉਹਨਾਂ ਨੂੰ ਤੇ ਅਸੀਂ ਦੇਵਾਂਗੇ ਦੇਵਾਂਗੇ 600 ਯੂਨਿਟ ਫ੍ਰੀ ਨਹੀਂ ਤੇ ਜਿਹੜੇ ਬਾਕੀ ਦੇ 1 ਕਿਲੋਵਾਟ ਤੋਂ ਉੱਪਰ ਵਾਲੇ ਮੀਟਰ ਲੋਡ ਜਿੰਨਾ ਦਾ ਹੈਗਾ ਉਹਨਾਂ ਨੂੰ ਅਸੀਂ ਜੇ 601 ਵੀ ਹੁੰਦਾ ਤੇ ਪੂਰੇ ਦਾ ਪੂਰਾ ਲਵਾਂਗੇ ਹੁਣ ਇਹਦੇ ਵਿੱਚ ਲੋਕੀ ਬੜੇ ਕਨਫਿਊਜ਼ ਆ ਕਿ ਪਹਿਲਾਂ ਸ਼ੁਰੂਆਤ ਕਿਤੇ ਕੀਤੀ ਸੀ ਹੁਣ ਕੱਟਦੇ 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 ਇਸ ਗੱਲ ਤੇ ਆ ਗਏ ਕੱਲ ਨੂੰ ਇਹ ਨਾ ਕਹਿ ਦੇਣ ਵੀ ਸਾਡੇ ਕੋਲ ਤਾਂ ਬਿਜਲੀ ਆ ਨਹੀਂ ਗਈ ਬਿਜਲੀ ਬੜੀ ਮਹਿੰਗੀ ਆ ਇਸ ਸਾਲ ਤੁਸੀਂ ਰਹਿਣ ਦਿਓ ਅਗਲੇ ਸਾਲ ਦੇਖਾਂਗੇ ਕਿਤੇ ਇਹ ਕੈਪਟਨ ਮੰਗੂ ਹੌਲੀ ਹੌਲੀ ਖਿਸਕਦੇ ਖਿਸਦੇ ਕੈਪਟਨ ਕਰਜ਼ਿਆਂ ਦੇ ਹੀ ਸੀ ਕਿ ਪੂਰੇ ਕਰਜ਼ੇ ਦੇ ਲਕੀਰ ਮਾਰਾਂਗੇ ਆ ਕਰਾਂਗੇ ਉਹ ਕਰਾਂਗੇ ਤਲਕੀਰ ਕਿਹੜੀ ਵੱਜਣੀ ਸੀਗੀ ਅਖੀਰ ਤੇ ਲੋਕਾਂ ਦੇ ਹੈ ਲਕੀਰ ਲੋਕਾਂ ਤੇ ਵੱਜੀ ਉਹ ਕਰਜ਼ਿਆਂ ਤੇ ਲਕੀਰ ਤੇ ਨਹੀਂ ਵੱਜੀ ਜਿਹਦੇ ਕਰਕੇ ਲੋਕੀ ਇਹਨੇ ਨਰਾਸ਼ ਹੋ ਕੇ ਤੇ ਗੁੱਸੇ ਦੇ ਵਿੱਚ 92 ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਉਸ ਕਿਤਨੇ ਕਿਤੇ ਜਿਹੜੀ ਇਹ ਲੋਕਾਂ ਦੇ ਅੰਦਰ ਜਿਵੇਂ ਜਾਤਾਂ ਦੇ ਆਧਾਰ ਤੇ ਖੇਡੀ ਗਈ ਵੀ ਬਿਜਲੀ ਜਾਤਾਂ ਦੇ ਆਧਾਰ ਤੇ ਪੱਤਾ ਖੜਿਆ ਗਿਆ ਵੀ ਜਾਤਾਂ ਦੇ ਆਧਾਰ ਤੇ ਮੁਕਤ ਮਿਲੂਗੀ ਫਿਰ ਜਨਰਲ ਕੈਟਾਗਰੀ ਨੂੰ ਨਹੀਂ ਮਿਲਣੀ ਦੂਜੇ ਨੂੰ ਨਹੀਂ ਨਹੀਂ ਮਿਲਣੀ ਮਤਲਬ ਜਾਤਾਂ ਵਾਲਾ ਪੱਤਾ ਖੜਨ ਦੀ ਕੀ ਲੋੜ ਹੈ ਲੋਕਤੰਤਰ ਦੇ ਅੰਦਰ ਦੇਖੋ ਇਹਦੇ ਦੋਵੇਂ ਇੰਟਰਪ੍ਰੀਟੇਸ਼ਨ ਹੈ ਗਿਆ ਕੁਛ ਤੇ ਰਾਹਤਾਂ ਜਿਹੜੀਆਂ ਆ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਜਾਤ ਕੱਲੀ ਜਾਤ ਹੀ ਨਹੀਂ ਹੈਗੀ ਉਹ ਇੱਕ ਉਹਨਾਂ ਦੀ ਆਰਥਿਕ ਤੌਰ ਤੇ ਤੇ ਸਮਾਜਿਕ ਤੇ ਸੱਭਿਆਚਾਰਕ ਤੌਰ ਤੇ ਵੀ ਦਬਾਅ ਥੱਲੇ ਰਹਿਣ ਵਾਲਾ ਸਮੁਦਾਇ ਹੈਗਾ ਉਹ ਪੀੜਿਤ ਹੈਗੇ ਸਮਾਜ ਦੇ ਅੰਦਰ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਗਾਓ ਕਿ ਜਾਤੀਗਤ ਪੀੜ ਜਿਹੜਾ ਪੀੜ ਜਿਹੜੀ ਨੁਕਸਾਨ ਆ ਜਾਂ ਲੋਕਾਂ ਦੇ ਨਾਲ ਵਿਤਕਰਾ ਕਿੰਨਾ ਭਾਰੀ ਹੈ ਕਿ ਦੇਸ਼ ਦਾ ਰਾਸ਼ਟਰਪਤੀ ਹੋਵੇ ਤੁਹਾਨੂੰ ਪੌੜੀਆਂ 'ਚ ਬਿਠਾ ਕੇ ਮੰਦਰ ਦੇ ਬਾਹਰ ਪ੍ਰਸ਼ਾਦ ਦਿੱਤਾ ਜਾਵੇ ਅੰਦਰ ਨਾਮ ਵੜਨ ਦਿੱਤਾ ਜਾਵੇ ਪਤਾ ਨਾ ਤੁਹਾਨੂੰ ਹਾਂ ਇਸ ਕਰਕੇ ਉਸ ਨੂੰ ਕੰਪਨਸੇਟ ਕਰਨ ਲਈ ਉਸ ਨੂੰ ਉਹਨਾਂ ਲੋਕਾਂ ਨੂੰ ਰਾਹਤ ਦੇਣ ਲਈ ਤੁਸੀਂ ਰਿਜ਼ਰਵੇਸ਼ਨ ਕਹੋ ਜਾਂ ਜਾਤੀਗਤ ਉਹ ਰਾਹਤਾਂ ਜਿਹੜੀਆਂ ਮਿਲਦੀਆਂ ਉਹਦੇ ਤੋਂ ਟੋਟਲ ਮੁਕਤੀ ਤੇ ਨਹੀਂ ਪਾ ਸਕਦੇ ਇਹ ਤੇ ਗੱਲ ਮੰਨਣ ਵਾਲੀ ਹੈਗੀ ਪਰ ਇਹ ਵੀ ਗੱਲ ਤਾਂ ਠੀਕ ਹੈ ਕਿ ਜੇ ਤੁਸੀਂ ਬਿਜਲੀ ਰਾਹਤ ਦੇਣੀ ਹੈ ਤੇ ਸਾਰੇ ਗਰੀਬਾਂ ਨੂੰ ਦੋ ਉਹ ਵੀ ਦਿਓ ਜਾਤੀਗਤ ਵੀ ਦਿਓ ਬੀਸੀਐਸਸੀ ਨੂੰ ਦਿਓ ਪਰ ਬਾਕੀ ਜਿਹੜੇ ਹੋਰ ਗਰੀਬ ਨਹੀਂ ਦੇ ਸਕਦੇ ਉਹਨਾਂ ਨੇ ਕੋਈ ਪਾਪ ਥੋੜੀ ਕੀਤਾ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਜੇ ਕਿਸਾਨਾਂ ਨੂੰ ਜਿਨ੍ਹਾਂ ਦੀਆਂ 4-4 ਬੰਬੀਆਂ 5-5 ਟਿਊਬੇ ਲੈ ਗਏ 6-6 ਟਿਊਬੇ ਲੈ ਗਏ ਸਾਰਿਆਂ ਨੂੰ ਮੁਫਤ ਬਿਜਲੀ ਮਿਲ ਰਹੀ ਆ ਤੇ ਪਹਿਲਾਂ ਉਹ 300 ਫੁੱਟ 200 ਫੁੱਟ ਤੇ ਸੀਗਾ ਹੁਣ ਉਹ 5 500 ਫੁੱਟ ਗਹਿਰਾ ਹੈਗਾ ਮੱਛੀ ਮੋਟਰ ਆ ਚੱਲਦੀ ਆ ਉਹ ਕਿੰਨੀ ਕਿੰਨੀ ਬਿਜਲੀ ਖਾਂਦੀ ਆ ਤੇ ਸਾਰੀ ਮੈਂ ਉੱਥੇ ਮਿਲ ਰਹੀ ਹੈ ਵੀ ਉਹਨਾਂ ਨੂੰ ਜੇ ਹੋ ਸਕਦਾ ਤੇ ਬਾਕੀ ਗਰੀਬਾਂ ਨੂੰ ਵੀ ਤੁਸੀਂ ਦਿਓ ਨਾ ਉਸ ਕਰਕੇ ਇਹ ਤੁਹਾਡਾ ਸਵਾਲ ਵਾਜਬ ਹੈਗਾ ਕਿ ਕਈ ਲੋਕ ਇਹਦੀ ਦੁੱਖ ਮਹਿਸੂਸ ਕਰ ਰਹੇ ਆ ਕਿ ਸਾਡੇ ਨਾਲ ਇਹੋ ਜਿਹਾ ਵਿਤਕਰਾ ਕਿਉਂ ਇਹਦੇ ਤੇ ਇਹ ਵੀ ਹੈਗਾ ਨਾ ਕੋਲਡ ਵਾਰ ਜਿਹੜੀ ਸ਼ੁਰੂ ਹੋ ਗਈ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਜਾਤਾਂ ਨੂੰ ਲੈ ਕੇ ਲੋਕ ਆਪਸ ਦੇ ਵਿੱਚ ਲੜ ਰਹੇ ਨੇ ਅ ਨਹੀਂ ਜਦੋਂ ਸਾਨੂੰ ਇਹ ਇਹ ਚੀਜ਼ ਮਿਲ ਰਹੀ ਹੈ ਤੁਸੀਂ ਕਿਉਂ ਦੁਖੀ ਹੋ ਰਹੇ ਹੋ ਤੁਹਾਨੂੰ ਨਹੀਂ ਇਹ ਮਿਲ ਰਿਹਾ ਉਹ ਮਿਲ ਰਿਹਾ ਨਹੀਂ ਕਰਨਾ ਚਾਹੀਦਾ ਮੇਰਾ ਖਿਆਲ ਸਾਡੇ ਸਾਰੇ ਵੀਰਾਂ ਨੂੰ ਦੇਖੋ ਬੇਰਜ਼ਗਾਰੀ ਹੈ ਹੁਣ ਉਹਨਾਂ ਮਾਮਲਿਆਂ ਦੇ ਵਿੱਚ ਤੁਸੀਂ ਇੱਕ ਦੂਜੇ ਦੇ ਜੁੰਡਿਓ ਜੁੰਡੀ ਹੋ ਜਾਓ ਜਾਂ ਜੋ ਆ ਜਗਾ ਜਗਾ ਦੇ ਧਰਮ ਦੇ ਨਾਂ ਤੇ ਅੱਗਾਂ ਲਾਈਆਂ ਜਾ ਰਹੀਆਂ ਕਾਰਨ ਤੇ ਉਹਦਾ ਕੁਝ ਹੋ ਰਿਹਾ ਭਗਵੰਤ ਮਾਨ ਦੇ ਜਿਹੜਾ ਰੰਗਲਾ ਪੰਜਾਬ ਬਣਾਉਣਾ ਚਾਹੁੰਦਾ ਉਹਦੀ ਇੱਕ ਕੜੀ ਹੈ ਨੇ ਮੈਨੂੰ ਰੰਗਲਾ ਪੰਜਾਬ ਇਸ ਤਰ੍ਹਾਂ ਗੱਲਾਂ ਨਾਲ ਥੋੜੀ ਬਣ ਜੂ ਇਹ ਕੋਈ ਕਾਮੇਡੀ ਥੋੜੀ ਹੈ ਇਹ ਤੇ ਅਸਲੀਅਤ ਹੈ ਲਵੈਂਸਕੀ ਬਣਿਆ ਹੋਇਆ ਆ ਉਹ ਵੀ ਇਹੋ ਜਿਹਾ ਕਾਮੇਡੀਅਨ ਸੀਗਾ ਹੁਣ ਰੋਜ਼ ਕੋਠੇ ਚੜਕੇ ਦਵਾਈ ਪਉਂਦਾ ਓਏ ਮੈਨੂੰ ਆ ਗਏ ਰੂਸੀ ਆ ਗਏ ਮੈਨੂੰ ਬਚਾ ਲੋ ਮੇਰੀ ਕੈਪੀਟਲ ਤੇ ਵੀ ਗਮ ਲਾ ਫਲਾਣੇ ਦੇ ਵੀ ਗਮ ਲਾ ਕਈ ਦੇ ਵੀ ਜਾਂਦੇ ਉਹਦੀ ਅਪੀਲ ਦੇ ਉੱਤੇ ਪਰ ਹੁਣ ਲੋਕਾਂ ਨੇ ਬਚਾਉਣਾ ਤੇ ਕਿਤੇ ਲੋਕਾਂ ਨੂੰ ਤੁਹਾਨੂੰ ਆਪਣੇ ਆਪ ਨੂੰ ਆਪ ਹੀ ਬਚਾਉਣਾ ਪੈਣਾ ਉਹ ਕਾਮੇਡੀ ਤੇ ਹੈ ਨਹੀਂਗੀ ਜੋ ਇਹ ਪਹਿਲਾਂ ਕਰਦਾ ਸੀਗਾ ਉਹੋ ਹੀ ਹਾਲ ਤੇ ਇੱਥੇ ਭਗਵੰਤ ਮਾਨ ਦਾ ਹੈਗਾ ਯੂਕਰੇਨ ਵਾਲਾ ਹੀ ਕਿ ਇੱਥੇ ਬਣਾਇਆ ਤੇ ਹੈਗਾ ਪਰ ਜਿਹੜੀ ਰਾਜਨੀਤਿਕ ਅਸਲੀਅਤ ਆ ਉਹ ਬੜੀ ਕੌੜੀ ਤੇ ਬੜੀ ਤਿੱਖੀ ਉਹਦੀ ਧਾਰਾ ਬੜੀ ਤਿੱਖੀ ਹੁੰਦੀ ਹੈ ਜਿੰਨਾ ਛੇਤੀ ਇਹ ਸਮਝ ਲੂਗਾ ਭਗਵੰਤ ਮਾਨ ਉਹਨਾ ਛੇਤੀ ਹੀ ਹੋ ਜਾਊਗਾ ਇਹ ਕਿਤੇ ਗਿੱਧੇ ਪਾਉਣ ਵਾਲੇ ਜਾਂ ਭੰਗੜੇ ਪਾਉਣ ਵਾਲੇ ਇਹ ਮਜੇ ਤੇ ਨਹੀਂ ਹੈਗੇ ਇਸ ਥੀ ਤੇ ਵੀ ਰੰਗਲਾ ਪੰਜਾਬ ਗਾਣੇ गा ਕੇ ਤੇ ਤੁਸੀਂ ਰੰਗਲਾ ਬਣ ਜਾਊਗਾ ਧਰਾਤਲ ਤੇ ਉਹ ਸਾਰੀਆਂ ਚੀਜ਼ਾਂ ਕਰਨੀਆਂ ਪਾਣੀਆਂ ਪਹਿਣਗੀਆਂ ਪਰ ਜੇ ਲੋਕਾਂ ਨੂੰ ਲੋਕਾਂ ਦਾ ਸਾਥ ਲੈ ਕੇ ਚੱਲਣ ਸਾਡੀ ਧਰਤੀ 'ਚ ਸਭ ਕੁਝ ਮੌਜੂਦ ਆ ਅਕਲ ਵੀ ਮਿਹਨਤ ਵੀ ਪੈਸਾ ਵੀ ਔਰ ਰੱਬ ਦਾ ਸਾਥ ਵੀ ਜੇ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਚੱਲਣ ਤਾਂ ਇਹ ਨਹੀਂ ਕਿ ਪੰਜਾਬ ਨੂੰ ਕੋਈ ਇਹੋ ਜਿਹੀ ਰੱਬੋਂ ਮਾਰ ਪੈ ਗਈ ਹੋਈ ਆ ਮਾਰ ਪਈ ਆ ਤੇ ਇਨਾ ਰਾਜਨੀਤਿਕ ਲੋਕਾਂ ਨੇ ਮਾਰੀ ਆ ਉਹਦਾ ਜੇ ਹੱਲ ਕੱਢ ਸਕਦੇ ਆ ਤੇ ਕੋਈ ਨਹੀਂ ਦੁਬਾਰਾ ਪੰਜਾਬ ਨੂੰ ਪੈਰਾਂ ਤੇ ਖੜਾ ਕੀਤਾ ਜਾ ਸਕਦਾ ਇਹ ਜਿਹੜਾ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਦੇ ਵਿੱਚ ਚੋਣ ਲੜਈ ਆ ਆਮ ਆਦਮੀ ਪਾਰਟੀ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਦਿੱਲੀ ਕਿਸੇ ਵਿਸਤਰ ਨੂੰ ਫੋਨ ਕਰਕੇ ਦੇਖੋ ਉੱਥੇ ਆਹ ਕੰਮ ਕਰਦੇ ਉਹ ਕਰਦੇ ਹੁਣ ਗੁਜਰਾਤ ਦੇ ਵਿੱਚ ਚੋਣਾਂ ਨੇ ਤਾਂ ਉਹ ਕਹਿੰਦੇ ਨੇ ਦਿੱਲੀ ਬਦਲਦੀ ਪੰਜਾਬ ਬਦਲ ਗਿਆ ਦਿੱਲੀ ਬਦਲ ਦਿੱਤੀ ਪੰਜਾਬ ਬਦਲ ਰਿਹਾ ਤੁਸੀਂ ਫੋਨ ਕਰਕੇ ਦੇਖ ਲਓ ਨਹੀਂ ਐਵੇਂ ਮੈਨੂੰ ਕਈ ਵਾਰੀ ਆ ਤੁਸੀਂ ਦੇਖਿਓ ਤੁਸੀਂ ਸਾਰਿਆਂ ਨੇ ਦੇਖੇ ਵੱਡੇ ਵੱਡੇ ਇਸ਼ਤਿਹਾਰ ਇੱਕ ਇੱਕ ਪੇਜ ਪੂਰੇ ਦਾ ਪੂਰਾ ਪੇਜ ਉਹ ਕਈ ਵਾਰੀ ਜਿਹੜੀ ਚੰਗੇ ਪੇਪਰ ਆ 50-50 ਲੱਖ ਦਾ ਇੱਕ ਪੇਜ ਹੁੰਦਾ ਐਡਵਰਟਾਈਜ਼ਮੈਂਟ ਕਿਤੇ ਸਸਤੀ ਨਹੀਂ ਹੁੰਦੀ ਐ ਹੁਣ ਜਿਹੜੇ ਪੂਰੇ ਵੱਡੇ ਵੱਡੇ ਪੇਜਾਂ ਤੇ ਦਿੱਤੀਆਂ ਉਹਦੇ 'ਚ ਹੈ ਕੀ ਐ ਇੰਨੀਆਂ ਗੱਲਾਂ ਦਾ ਜੀ ਭਰੋਸਾ ਦੇ ਦਿੱਤਾ ਜੀ ਇੰਨੀਆਂ ਗੱਲਾਂ ਦਾ ਅਸੀਂ ਸੰਭਾਵਨਾ ਹੈ ਕਰਨ ਦੀ ਜਾਨੀ ਮੈਂ ਉਹ ਕੱਲਾ ਕੱਲੀ ਜਿਹੜੀ ਸਟੇਟਮੈਂਟ ਪੜ੍ਹੀ ਸੀਗੀ ਇਹਨਾਂ ਦੀ ਭਗਵੰਤ ਮਾਂ ਦੀ ਜਿਹੜੀ ਐਡਵਰਟਾਈਜ਼ ਉਥੇ ਇਸ਼ਤਿਹਾਰਾਂ 'ਚ ਦਿੱਤੀ ਐਡਵਰਟਾਈਜ਼ਮੈਂਟ ਦੇ ਵਿੱਚ ਪਰ ਹੁਣ ਤੁਸੀਂ ਇੰਨਾਂ ਗੱਲਾਂ ਦਾ ਇਹ ਜਿੱਦਣ ਕਰ ਲੋਗੇ ਉਦੋਂ ਦੋਣਾ ਹੁਣ ਬਿਜਲੀ ਦਾ ਆਇਆ ਇੰਨਾ ਰੌਲਾ ਪਾਇਆ ਹੋਇਆ ਤੇ ਇਸ ਲਈਤ ਕੀ ਇਹ ਬਿਜਲੀ ਦੀ ਇਸ ਲਈਤ ਆ ਕਿ ਅੱਜ 1 ਜੁਲਾਈ ਤੋਂ ਸ਼ੁਰੂ ਕਰਨੀ ਆ ਤੇ ਜਾ ਕੇ ਅਗਸਤ ਵਿੱਚ ਬਿੱਲ ਆਉਣਾ ਵੀ ਜਿੱਦਣ ਅਗਸਤ ਵਿੱਚ ਲੋਕਾਂ ਨੂੰ ਐਕਚੁਅਲੀ ਬਿੱਲ ਘੱਟ ਮਿਲ ਜੂਗਾ ਉਸ ਦਿਨ ਤੁਸੀਂ ਵੱਡਾ ਇਸ਼ਤਿਹਾਰ ਦਿੰਦੇ ਹਲੇ ਸਮਾਰਟ ਮੀਟਰ ਦਾ ਵੀ ਰੌਲਾ ਪੈ ਰਿਹਾ ਹੈ ਨਾਲ ਨਾ ਉਹ ਤੇ ਸਾਰਾ ਪਾਊਗਾ ਹੀ ਉਹ ਵੀ ਉਹ ਜਿਵੇਂ ਜਿਵੇਂ ਕੇਜਰੀਵਾਲ ਕਹੂਗਾ ਜਾਂ ਦਿੱਲੀ ਵਾਲੀਆਂ ਕੰਪਨੀਆਂ ਕਹਿਣੀਆਂ ਜਿੱਤੇ ਬੜਾ ਕੁਝ ਹੋਊਗਾ ਉਹ ਗੱਲਾਂ ਗਈਆਂ ਪ੍ਰਾਣੀਆਂ ਵੀ ਇੱਥੇ ਜਿਹੜੇ ਇੱਥੇ ਨੂੰ ਵੇਖ ਕੇ ਕਰਦੇ ਸੀਗੇ ਹੁਣ ਜਦੋਂ ਦਿੱਲੀ ਨੂੰ ਦਿੱਲੀ ਤੋਂ ਤਾਰਾ ਖੜਕਣੀਆਂ ਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖਣਾ ਕਿ ਕਿਹੜੀ ਕੰਪਨੀ ਨੂੰ ਕਿਹੜੀ ਚੀਜ਼ ਦਾ ਕਿਦਾਂ ਟੇਕਾ ਦੇਣਾ ਜਿਵੇਂ ਉਹ ਲਵਲੀ ਵਾਲੇ ਨੂੰ ਐਮਪੀ ਬਣਾ ਕੇ ਭੇਜਦਾ ਜਾਂ ਗੁਪਤਾ ਜੀ ਨੂੰ ਭੇਜ ਦਿੱਤਾ ਉੱਥੋਂ ਸਾਰਾ ਕੁਝ ਤੈਅ ਹੋਊਗਾ ਇਹ 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 ਭਗਵੰਤ ਮਾਨ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਜੇ ਪੰਜਾਬ ਨੂੰ ਫਿਰ ਮੈਂ ਇਹੀ ਕਹੂੰਗਾ ਕਿ ਜੇ ਤੁਸੀਂ ਪੈਰਾਂ ਤੇ ਖੜਾ ਕਰਨਾ ਤਾਂ ਇੱਥੋਂ ਦੇ ਸਾਧਨਾਂ ਨੂੰ ਜਟਾਉਣਾ ਪਊਗਾ ਮਾਨਵ ਸਾਧਨਾਂ ਨੂੰ ਵੀ ਤੇ ਕੁਦਰਤੀ ਸਾਧਨਾਂ ਨੂੰ ਜਿਹੜੇ ਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਆ ਪੰਜਾਬ ਦੇ ਅਧਿਕਾਰੀਆਂ ਨਾਲ ਉਹ ਉਹਦੇ ਕੀ ਸੰਕੇਤ ਜਾਂਦੇ ਨੇ ਤੁਹਾਡੇ ਮੁਤਾਬਕ ਕੀ ਆ ਇਹ ਤੇ ਬੜੀ ਬੇਵਕੂਫੀ ਵਾਲੀ ਗੱਲ ਆ ਇਹ ਪੰਜਾਬ ਦੀ ਬੇਇੱਜ਼ਤੀ ਦੀ ਗੱਲ ਆ ਉਹਨਾਂ ਅਧਿਕਾਰੀਆਂ ਨੂੰ ਵੀ ਨਾ ਕਰਨੀ ਚਾਹੀਦੀ ਸੀ ਇਹ ਦੇ ਕਹਿੰਦਾ ਉੱਥੇ ਟ੍ਰੇਨਿੰਗ ਲੈਣ ਲਈ ਗਿਆ ਕਿਹੜੀ ਟ੍ਰੇਨਿੰਗ ਹੈ ਵੀ ਉੱਥੇ ਉੱਥੇ ਦਿੱਲੀ ਇੱਕ ਸ਼ਹਿਰ ਆ ਉਹਨਾਂ ਦੇ ਇੱਕ ਆਪਣਾ ਤਰੀਕਾ ਹੈ ਆਪਣੇ ਉਹਨਾਂ ਦੇ ਨਾਲੇ ਅੱਧੀ ਤੇ ਸਰਕਾਰ ਹੈ ਇਹਨਾਂ ਨੂੰ ਪੁੱਛਦਾ ਤੇ ਕੋਈ ਉੱਥੇ ਹੈ ਨਹੀਂ ਕਿਸੇ ਵੱਲ ਨੂੰ ਕੋਈ ਪੁੱਛਦਾ ਐਲਜੀ ਕੁਝ ਨਾ ਦਸਕਤ ਕਰੇ ਕੱਖ ਨਹੀਂ ਕਰ ਸਕਦਾ ਜੇ ਅਸਲ ਮਾਨੇ ਚ ਜੇ ਕੋਈ ਸਰਕਾਰ ਹੈ ਤੂੰ ਇੱਥੇ ਦੀ ਹੈ ਤੇ ਤੁਸੀਂ ਇੱਥੇ ਵੀ ਇਸ਼ਤਿਹਾਰ ਬਾਜੀ ਚ ਨਾ ਜਾ ਕਰਕੇ ਤਰਾਤਲ ਤੇ ਕੁਝ ਕਰਨ ਇਹ ਜਿਹੜੀ ਟ੍ਰੇਨਿੰਗ ਦੀ ਤੁਸੀਂ ਗੱਲ ਕਹੀ ਆ ਉਹ ਵੀ ਇੱਕ ਇਸ਼ਤਿਹਾਰबाजी ਨੂੰ ਮੈਂ ਤੇ ਸਮਝਦਾ ਕਿ ਦੇਖੋ ਜੀ ਦਿੱਲੀ ਦਾ ਮਾਡਲ ਆ ਗਿਆ ਦਿੱਲੀ ਦਾ ਮਾਡਲ ਆ ਗਿਆ ਉਸ ਪਾਸੇ ਨੂੰ ਗੱਲ ਲਿਜਾਣ ਵਾਲੀ ਹੈ ਮੈਂ ਉਸ ਨੂੰ ਪੰਜਾਬ ਦੇ ਅਫਸਰशाही ਦੀ ਹੱਦ ਤੱਕ ਸਮਝਦਾ ਕਿ ਉਹਨਾਂ ਨੂੰ ਆਪਣੇ ਮਸਲੇ ਹਮਾਰੇ ਨਹੀਂ ਪਤਾ ਉਹਨਾਂ ਨੂੰ ਇੰਨੀ ਅਕਲ ਨਹੀਂ ਕਿ ਅਸੀਂ ਸਰਕਾਰ ਨੂੰ ਕੀ ਡਵਾਈਸ ਕਰਨਾ ਹੁਣ ਕੇਜਰੀਵਾਲ ਉੱਥੇ ਬੈਠ ਕੇ ਸਮਝਾਊਗਾ ਕੱਲੇ-ਕੱਲੇ ਨੂੰ ਕੰਨੋਂ ਫੜ ਕੇ ਕਿ ਕਾਕਾ ਆ ਤੂੰ ਅੰਜ ਕਰਨਾ ਆ ਇੰਜ ਕਰਨਾ ਤੇ ਫਿਰ ਉਹ ਜਾ ਕੇ ਗਾਂ ਮਾਨ ਸਾਹਿਬ ਨੂੰ ਚਲਾਉਂਦੇ ਭਗਵੰਤ ਮਾਨ ਦੇ ਹੱਥ 'ਚ ਕੁਝ ਨਹੀਂ ਜਾਂਦਾ ਰਵਿੰਦ ਕੇਜਰੀਵਾਲ ਚਲਾ ਰਿਹਾ ਜਾਂ ਦੋਨੇ ਰਲ ਕੇ ਚਲਾ ਰਹੇ ਮੈਨੂੰ ਕਿਉਂ ਪੁੱਛਦੇ ਸਾਰੀ ਦੁਨੀਆ ਨੂੰ ਹੀ ਪਤਾ ਹੈ ਇਸ ਗੱਲ ਦਾ ਇਹ ਅਸਲ ਮਾਨ ਆ ਵਿੱਚ ਤੇ ਕੇਜਰੀਵਾਲ ਸਰਕਾਰ ਆ ਤੇ ਭਗਵੰਤ ਮਾਨ ਤੇ ਅੱਗੇ ਇੱਕ ਚੀਫ ਮਨਿਸਟਰ ਦੇ ਤੌਰ ਤੇ ਲਾਇਆ ਪਰ ਭਗਵੰਤ ਮਾਨ 'ਚ ਇੰਨਾ ਦਮ ਖਮ ਹੈਗਾ ਪਤਾ ਨਹੀਂ ਕਿਉਂ ਥੱਲੇ ਦੱਬੂ ਜਾ ਬਣ ਜਾਂਦਾ ਬਈ ਇਹਨਾਂ ਦੇ ਗਾਣੇ ਗਾਉਂਦਾ ਸੀਗਾ ਤੇਰਾ ਯਾਰ ਨੂੰ ਦਬਾਉਣ ਨੂੰ ਫਿਰਦੇ ਮੈਂ ਤੇਰਾ ਯਾਰ ਦੱਬਦਾ ਨਹੀਂ ਉਹਨ ਕਿਉਂ ਦੱਬੀ ਜਾਂਦਾ ਵਾ ਕੇਜਰੀਵਾਲ ਜਿਆਦਾ ਤਕੜਾ ਹੋਏ ਕੋਈ 10 ਨੰਬਰ ਹੀ ਆ ਵੀ ਇੰਨਾ ਡਰ ਜਾਂਦਾ ਮੈਨੂੰ ਬੜਾ ਅਫਸੋਸ ਦੀ ਗੱਲ ਆ ਇਹ ਉਹੀ ਗਾਣਾ ਗਾਇਆ ਕਰੇ ਤੋ ਉਸੇ ਦਬੰਗੀ ਚ ਆਵੇ 92 ਬੰਦੇ ਇਹਨੂੰ ਦਿੱਤੀ ਏ ਟੀਮ ਨਾ ਕਿ ਕੇਜਰੀਵਾਲ ਨੂੰ ਬੜਾਈ ਆ ਕੇਜਰੀਵਾਲ ਦੇ ਆਪਣਾ ਉਥੇ ਦਿੱਲੀ ਚ ਜੋ ਵੀ ਚਲਾਈ ਜਾਣਾ ਚਲਾਈ ਜਾਏ ਸਰਕਾਰ ਦੇ ਵਿੱਚ ਸਰਕਾਰ ਬਣਾਉਣ ਤੱਕ ਕੇਜਰੀਵਾਲ ਤੇ ਮਾੜੀ ਮੋਟੀ ਚਲੋ ਇਹਨਾਂ ਦੀ ਨਿਰਭਰਤਾ ਹੋ ਸਕਦੀ ਆ ਜਦ ਸਰਕਾਰ ਤੁਹਾਡੀ ਬਣ ਗਈ ਫਿਰ ਤੁਸੀਂ ਕਿਉਂ ਉਹਦੇ ਥੱਲੇ ਲੱਗੇ ਹੋ ਜਾਂ ਬਈ ਆਪਣੀ ਸਰਕਾਰ ਆਪ ਨਹੀਂ ਚਲਾ ਸਕਦੇ ਤੇ ਫਿਰ ਜਾ ਉਹਨੂੰ ਸਿੱਧਾ ਹੀ ਕਰ ਦਿਓ ਉਹਨੂੰ ਇੱਥੇ ਬੁਲਾ ਲਓ ਉਹਨੂੰ ਚੀਫ ਮਿਨਿਸਟਰ ਬਣਾ ਦਿਓ ਫਿਰ ਉੱਥੇ ਜਾ ਕੇ ਟ੍ਰੇਨਿੰਗ ਦੀ ਲੋੜ ਨਹੀਂ ਇੱਥੇ ਹੀ ਰੋਜ਼ ਦਈ ਜਾਊਗਾ ਜਾਂ ਇਹਦਾ ਇੱਥੇ ਉਹਦਾ ਦਫ਼ਤਰ ਖੋਲ੍ਹ ਦਿਓ ਇੱਕ ਪੈਰਲਲ ਕੇਜਰੀਵਾਲ ਜਿੱਥੇ ਆ ਕੇ ਰੋਜ਼ ਇਨਸਟਰਕਸ਼ਨਾਂ ਦੇ ਕੇ ਦੂਜੇ ਚੌਥੇ ਚਲੇ ਜਾਇਆ ਕਰੇ ਇਹ ਕੰਮ ਠੀਕ ਨਹੀਂ ਹੈਗਾ ਪੰਜਾਬ ਦੇ ਨਾਲ ਪੰਜਾਬੀ ਇਹਦੇ ਨਾਲ ਆਪਣੀ ਤੋਹੀਨ ਮਹਿਸੂਸ ਕਰਦੇ ਆ ਔਰ ਮੈਨੂੰ ਲੱਗਦਾ ਕਿ ਉਹ ਪੰਜਾਬ ਵੱਲ ਜ਼ਿਆਦਾ ਦੇਖੇ ਤੇ ਦਿੱਲੀ ਵੱਲ ਜੇ ਮਾਨ ਕੱਟ ਦੇਖੂਗਾ ਤੇ ਬਚਿਆ ਰਹੂਗਾ ਨਹੀਂ ਤੇ ਉਹ ਆਪਣੇ ਹਿੱਤਾਂ ਦੇ ਨਾਲ ਆਪਣੇ ਮੁਤਾਬਕ ਉਹਨਾਂ ਨੂੰ ਲਟਾ ਲੈਣਗੇ ਸੋ ਧੰਨਵਾਦ ਇਹ ਸੀਗੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਸੰਯੁਕਤ ਸਮਾਜ ਮੋਰਚਾ ਦੇ ਆਗੂ ਨੇ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਵੱਖ-ਵੱਖ ਮੁੱਦਿਆਂ ਤੇ ਆਮ ਆਦਮੀ ਪਾਰਟੀ ਨੂੰ ਦੇ ਨਾਲ ਸੰਬੰਧਤ ਜਿਹੜੇ ਤੇ ਇਹ ਕਿਵੇਂ-ਕਿਵੇਂ ਜਿਹੜਾ ਇਹਨਾਂ ਦੀ ਪਾਰਟੀ ਹੈਗੀ ਉਹ ਕੰਮ ਕਰੂਗੀ ਤੇ ਆਮ ਆਦਮੀ ਪਾਰਟੀ ਨੂੰ ਕਿਵੇਂ-ਕਿਵੇਂ ਇਹਨਾਂ ਨੇ ਜਗਾਉਣਾ ਸਾਰੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ ਸੋ ਤੁਸੀਂ ਜੁੜੇ ਰਹਿਣਾ ਗਲੋਬਲ ਪੰਜਾਬ ਟੀਵੀ ਦੇ ਨਾਲ ਤੁਹਾਡੀ ਫਿਰ ਕਿਸੇ ਰਾਜਨੀਤਿਕ ਸ਼ਖਸੀਅਤ ਦੇ ਨਾਲ ਅਸੀਂ ਮੁਲਾਕਾਤ ਕਰਾਵਾਂਗੇ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਮਨ ਦੇ ਨਾਲ ਜਗਜੀਤ ਸਿੰਘ ਪੰਜੋਲੀ ਧੰਨਵਾਦ